ਵੀ ਸਟਰਗਲ ਕਰ ਰਿਹਾ ਹੈ ਤੇ ਬਿੱਟੂ ਪੁਰ ਕਹਿੰਦੇ ਯਾਦਗਾਰੀ ਹੋ ਗਿਆ ਇਸ ਖੇਡ ਮੈਦਾਨ ਦੇ ਵਿੱਚ। ਸੰਦੀਪ ਕਿੰਨੇ ਜੱਫੇ ਲੱਗੇ ਆ ਦੋਨੋਂ ਟੀਮਾਂ ਵੱਲੋਂ ਇਹ ਵੀ ਦੱਸ ਸਾਰੀ ਸੰਗਤ ਨੂੰ ਆਪਾਂ ਦੱਸ ਦਈਏ। ਬਿੱਟੂ ਪੁਰ ਹੀਰਾ ਲਈ ਬਈ 500 ਰੁਪਈਆ, ਸਾਬੀ ਜੂਕੇ ਪਾਲਾ ਜੂਕੇ ਸੱਤਾ ਮਠੱਡਾ ਤੇ ਸੁੱਖਾ ਝੱਕ ਵਾਲਿਆਂ ਵੱਲੋਂ ਬਿੱਟੂ ਪੁਰ ਹੀਰਾ ਵਾਸਤੇ 500 ਰੁਪਈਏ ਦੇ ਸਪੈਸ਼ਲ ਇਨਾਮ ਆਏ। ਪੰਜ ਤੇ ਛੇ ਜੱਫੇ ਸਿਆਣ ਮੇਰਾ ਖਿਆਲ ਲੱਗੇ ਹੈ, ਪੰਜ ਤੇ ਛੇ 11, ਹੁਣ 11 ਤੋਂ 12 ਹੋਊ ਕਿ ਨਹੀਂ, ਪਰ ਮਹਿੰਦੀ ਮਿਆਦੀਆਂ ਕਲਾਂ ਵਾਲਾ ਮੇਰੇ ਵੀਰੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਹੈ ਕਿ ਮੇਰੇ ਕਲਗੀਆਂ ਵਾਲੇ ਸਤਿਗੁਰ ਵੱਖਰਾ ਪੰਥ ਚਲਾ ਦਿੱਤਾ, ਧਰਮ ਦੀ ਰਾਖੀ ਖਾਤਰ ਆਪਣਾ ਖੂਨ ਵਹਾ ਦਿੱਤਾ, ਉਹਨੇ ਗਿੱਦੜੋਂ ਸ਼ੇਰ ਬਣਾ ਤੇ ਜਿਹੜੇ ਡਰਦੇ ਦੇਰਾਂ ਦੇ ਹੁੰਦੇ ਦੁਨੀਆ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ ਹੁੰਦੇ ਦੁਨੀਆ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ ਦੁਨੀਆ 'ਤੇ ਚਰਚੇ ਕਹਿੰਦੇ ਮਰਦ ਦਲੇਰਾਂ ਦੇ ਹੁੰਦੇ ਹੈ। ਲਓ ਕੁੱਕੂ ਨਿੱਕੂ ਬੈਂਚਾਂ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਵਧਿਆ ਹੋਇਆ ਹੈ। ਬੈਂਚਾਂ ਪਿੰਡ ਵਾਲਾ ਨਿੱਕੂ ਗੁਰਮੇਲ ਸਿੰਘ ਮੇਲੋ ਮਹਾਨ ਕਬੱਡੀ ਖਿਡਾਰੀ, ਪੂਨੀਆ ਰੇੜਮਾ ਪਿੰਡ ਹੈ, ਜਲਾਲਪੁਰੀਆ ਪਾਲੇ ਦੇ ਕਹਿੰਦੇ ਕੋਚ ਨੇ ਅਤੇ ਪਾਲਾ ਵੀ ਜਲਾਲਪੁਰੀਆ ਇਸ ਸਾਲ 25ਵੇਂ ਵਰਲਡ ਕੱਪ ਟਰਾਂਟੋ ਦਾ ਬੈਸਟ ਜਾਫੀ ਰਿਹਾ ਹੈ ਅਤੇ ਜਿੱਥੇ ਕਹਿੰਦੇ ਗੁਰਪ੍ਰੀਤ ਬੁਰਜਰੀ ਵਾਲਾ ਉਸ ਕੱਪ ਦਾ ਬੈਸਟ ਰੇਡਰ ਰਿਹਾ ਮੇਰੇ ਵੀਰੋ, ਦੁਨੀਆ ਦੇ ਵਿੱਚ ਗੱਲਾਂ ਹੋਈਆਂ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨੌਜਵਾਨ ਇਸ ਵੇਲੇ ਸੁਨੀਲ ਪਾਲ ਭਗਵਾਨਪੁਰੇ ਵਾਲਾ ਪਾਉਂਦਾ ਕਬੱਡੀ, ਡੱਫਰ ਵਾਲਾ ਕਹਿੰਦੇ ਨੌਜਵਾਨ ਪਵੀ ਸਹੋਤਾ ਕਰਦਾ ਹੋਇਆ ਕੋਸ਼ਿਸ਼ ਜੱਫਾ ਲਾਉਣ ਦੀ, ਫੜਿਆ ਗਿਆ ਗਿੱਟਾ 11ਵੇਂ ਤੋਂ 12ਵਾਂ ਜੱਫਾ, ਪਰ ਨਹੀਂ ਇਹ ਹੈ ਭਗਵਾਨਪੁਰੇ ਵਾਲਾ ਮੇਰੇ ਵੀਰੋ। ਰੁਪਿੰਦਰ ਚੱਲਦੇ ਮੈਚ ਵਿੱਚ ਹੀ ਅਗਲੀਆਂ ਟੀਮਾਂ ਨੂੰ ਵੀ ਗਰਾਊਂਡ ਵਿੱਚ ਹਜੇ ਤੱਕ ਟੀਮਾਂ ਗਰਾਊਂਡ ਦੇ ਵਿੱਚ ਨਹੀਂ ਆਈਆਂ। ਐਨਆਰਆਈ ਦਸ਼ਮੇਸ਼ ਕਬੱਡੀ ਕਲੱਬ ਕੈਲੀਫੋਰਨੀਆ ਔਰ ਦੂਸਰੇ ਪਾਸੇ ਜੋ ਟੀਮ ਹੋਣੀ ਹੈ ਦੁਆਬਾ ਵਾਰੀਅਰਸ ਕਬੱਡੀ ਕਲੱਬ ਸੁਰਖਪੁਰ, ਹਾਂਜੀ ਇਹਨਾਂ ਇਹ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਗਰਾਊਂਡ ਦੇ ਵੱਲ ਆ ਜਾਣ। ਸੁਰਖਪੁਰ ਰੁਪਿੰਦਰ ਇੱਧਰ ਸਟੇਜ ਵਾਲੇ ਪਾਸੇ ਮਾਨ ਸਨਮਾਨ ਕੀਤੇ ਜਾ ਰਹੇ ਆ। ਕਬੱਡੀ ਦੇ 4 ਉਹ ਹੀਰੇ ਜੋ 70 ਤੋਂ 80 ਤੱਕ 1970 ਤੋਂ 80 ਤੱਕ ਇਹਨਾਂ ਗਰਾਊਂਡਾਂ ਵਿੱਚ ਖੇਡ ਕੇ ਉਹਨਾਂ ਨੇ ਬੜਾ ਨਾਂ ਪ੍ਰਾਪਤ ਕੀਤਾ, ਉਹਨਾਂ ਨੂੰ ਮਾਨ ਸਨਮਾਨ ਕੀਤੇ ਜਾ ਰਹੇ ਆ। ਸਵਰਨ ਸਿੰਘ ਜੀ ਸਾਦਕਪੁਰ ਤੋਂ, ਜੋਗਿੰਦਰ ਸਿੰਘ ਸਾਦਕਪੁਰ, ਕਰਨੈਲ ਸਿੰਘ ਸੰਧੂ ਪੰਡੋਰੀ ਵਾਲੇ, ਗੁਰਦੇਵ ਸਿੰਘ ਸੋਤਾ ਖੁਰਦੇ ਖੁਰਸ਼ੈਦਪੁਰ ਵਾਲੇ, ਅਤੇ ਉਹਨਾਂ ਦੇ ਨਾਲ ਹੀ ਅਸੀਂ ਸਨਮਾਨ ਕਰ ਰਹੇ ਹਾਂ ਪਿੰਦਰ ਪਡੋਰੀ ਦਾ, ਉਹ ਵੀ ਇਹਨਾਂ ਗਰਾਊਂਡਾਂ ਵਿੱਚ ਹੀ ਖੇਡਦੇ ਰਹੇ ਆ ਅਤੇ ਸਾਡੇ ਕਲੱਬ ਨਾਲ ਅੱਜ ਤੱਕ ਉਹ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੇ ਰਹੇ ਆ। ਸਤਨਾਮ ਸਿੰਘ ਸੱਤੂ ਵੀਰ ਪਿੰਡ ਵਾਲਿਆਂ ਨੂੰ ਵੀ ਬੇਨਤੀ ਹੈ ਕਿਉਂਕਿ ਉਹ ਸਾਰੇ ਇਹਨਾਂ ਗਰਾਊਂਡਾਂ ਵਿੱਚੋਂ ਖੇਡ ਕੇ ਗਏ ਆ ਔਰ ਉਹਨਾਂ ਦੀ ਕਬੱਡੀ ਲਈ ਬੜੀ ਦੇਣ ਆ। ਅੱਜ ਤੋਂ ਜਦੋਂ ਪਹਿਲਾਂ ਇਹ ਕਬੱਡੀ ਦਾ ਇੰਨਾ ਪ੍ਰਸਾਰ ਨਹੀਂ ਹੋਇਆ ਸੀ, ਮੀਡੀਆ ਵਿੱਚ ਇੰਨੀ ਪ੍ਰਚਲਿਤ ਨਹੀਂ ਹੋਈ ਸੀ, ਪਰ ਦਰਸ਼ਕਾਂ ਦੇ ਦਿਲਾਂ 'ਤੇ ਉਦੋਂ ਵੀ ਰਾਜ ਕਰਦੀ ਸੀ। ਜੋਗਿੰਦਰ ਸਿੰਘ ਜੀ ਸਾਦਕਪੁਰ ਵਾਲੇ, ਕਰਨੈਲ ਸਿੰਘ ਪਡੋਰੀ ਵਾਲੇ, ਸਵਰਨ ਸਿੰਘ ਸਾਦਕਪੁਰ ਵਾਲੇ, ਗੁਰਦੇਵ ਸਿੰਘ ਸੋਤਾ ਖੁਰਸ਼ੈਦਪੁਰ ਵਾਲੇ, ਪਿੰਦਰ ਪਡੋਰੀ ਅਤੇ ਉਹਨਾਂ ਦੇ ਨਾਲ ਸਤਨਾਮ ਸਿੰਘ ਸੱਤੂ ਵੀਰ ਪਿੰਡ ਵਾਲੇ, ਉਹਨਾਂ ਨੂੰ BKS ਕਲੱਬ ਦੇ ਸਾਡੇ ਜੋ ਮੈਂਬਰਸ ਆ ਉਹ ਸਨਮਾਨ ਕਰਨਗੇ। ਉਹ ਮੈਂ ਬੇਨਤੀ ਕਰੂੰਗਾ ਕਿ ਉਹ ਸਟੇਜ ਦੇ ਸਾਹਮਣੇ ਜੋ ਸਾਡੀ ਇੱਧਰ ਸਟੇਜ ਲੱਗੀ ਹੋਈ ਆ ਉੱਥੇ ਆ ਜਾਣ। ਹਾਂਜੀ ਰੁਪਿੰਦਰ ਜੀ, ਹੈਲੋ। 7 ਮਿੰਟ ਦੀ ਖੇਡ ਜਿਹੜੀ ਇਸ ਮੈਚ ਦੀ ਬਾਕੀ ਹੈ ਅਤੇ ਮੈਂ ਦਸ਼ਮੇਸ਼ ਐਨਆਰਆਈ ਦਸ਼ਮੇਸ਼ ਕਬੱਡੀ ਕਲੱਬ ਕੈਲੀਫੋਰਨੀਆ ਅਤੇ ਦੂਸਰੇ ਪਾਸੇ ਟੀਮ ਜੋ ਹੋਵੇਗੀ ਦੁਆਬਾ ਵਾਰੀਅਰਸ ਕਬੱਡੀ ਕਲੱਬ ਸੁਰਖਪੁਰ ਨੂੰ ਬੇਨਤੀ ਕਰ ਮੈਂ ਬੇਨਤੀ ਕਰੂੰਗਾ ਸਵਰਨ ਸਿੰਘ ਜੀ ਸਾਦਕਪੁਰ ਵਾਲੇ, ਕਰਨੈਲ ਸਿੰਘ ਪਡੋਰੀ ਵਾਲੇ, ਜੋਗਿੰਦਰ ਸਿੰਘ ਸਾਦਕਪੁਰ ਵਾਲੇ, ਗੁਰਦੇਵ ਸਿੰਘ ਸੋਤਾ ਖੁਰਸ਼ੈਦਪੁਰ ਵਾਲੇ ਅਤੇ ਪਿੰਦਰ ਪਡੋਰੀ ਉਹਨਾਂ ਦੇ ਨਾਲ ਸਤਨਾਮ ਸਿੰਘ ਸੱਤੂ। ਵੀਰ ਜੀ ਇੱਕ ਕੋਡਲੈਸ ਸਾਨੂੰ ਇੱਧਰ ਪਹੁੰਚਦਾ ਕਰ ਦਈਓ, ਸਾਊਂਡ ਵਾਲੇ ਵੀਰ ਕੋਡਲੈਸ ਇੱਕ ਦੇ ਦਿਓ। ਲਓ ਜੱਫਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲੱਗ ਗਿਆ। ਰੁਪਿੰਦਰ ਜੀ ਹਾਂਜੀ ਇੱਧਰ ਮਾਨ ਸਨਮਾਨ ਕੀਤੇ ਜਾ ਰਹੇ ਆ ਕਬੱਡੀ ਦੇ ਉਹਨਾਂ ਮਹਾਨ ਖਿਡਾਰੀਆਂ ਦੇ ਜਿਹਨਾਂ ਨੇ ਬਹੁਤ ਹੀ ਵੱਡੀਆਂ ਦੇਣਿਆ ਕਬੱਡੀ ਨੂੰ।
इन्हां ग्राउंडां विच उन्होंने बहुत ही वधिया मैच खेडे आ और अपने समय के वो इस तरह ही स्टार रहे जिस तरह अज पाले जलालपुर का ना आ जा होर जिन्हें वधिया खिडारी है उन्होंने ना आ इन्हों का भी इन्ना ही ना रहा। बीके एस क्लब ने इन सारा खिडारियों अज बहुत ही माण महसूस कर दी है इन्होंने इतने पहुंचने ते क्योंकि पहला स्वर्ण सिंह सादकपुर वाले जोगिंदर सिंह सादकपुर वाले जोगिंदर सिंह सादकपुर वाले गुरदेव सिंह सोहोता कुरशैदपुर वाले इस तो अगे गुरदेव सिंह सोहोता कुरशैदपुर वाले मक्खण सिंह जी डीएसपी आए हैं गुरदेव सिंह सोहोता कुरशैदपुर वाले करनैल सिंह संधु पटोरी वाले उस तो अगे पिंदर पटोरी वाला सतनाम सिंह सत्तू बीर पिंड वाले ये सारे कबड्डी खिडारियों ने इस ग्राउंडा ते साडे बीके एस क्लब के नाल भी कदम ना कदम चला के चलते रहे आ ते बहुत ही वधिया कबड्डी खेडी आ कबड्डी नूं इन्हां दी बड़ी देण आ क्योंकि कबड्डी नूं प्रफुल्लित करन लई असी इन्हां पुराने खिडारियों नूं इन्हां ग्राउंडा ते याद कर रहे हैं। अज बीके एस क्लब मेम बड़ा माण महसूस करती है इन्हां खिडारियों नूं इत्थे बुला के सन्मानित करन ते क्योंकि जे असी खिडारियों याद करांगे कबड्डी के नामवर खिडारियों इत्थे सन्मानित करांगे ते तां ही कबड्डी का सन्मान होर उच्चा होगा। असी बीके एस क्लब के बहुत बहुत धन्नवादी हाँ ते जिन्होंने इत्थे माण जिन्हां नूं अज सन्मान दिता गया हैगा उन्हां दा भी बहुत बहुत धन्नवादी हाँ। हाँ जी रुपिंदर जी साबी यूके वाले वालों हरविंदर वास्ते बई 1000 रुपये के इनाम आए हैं। हरविंदर बहुत वधिया अज कमेंट्री कर रहा इत्थे हरविंदर संधु वास्ते साबी यूके वाले वालों ते सोहण रुड़की जिन्ने जफे लावेगा उन्हां लई साबी यूके पाला यूके सत्ता मठड्डा ते सुखा चक्का वाले वालों 1000-1000 रुपये के इनाम होणगे जिन्ने सोहण रुड़की वाला जफे लाएगा। रुपिंदर लो समा थोड़ा बाकी इस मुकाबले का पर वेखदा भी जित कि झोली पैनी है ये समय की गल होनी समा समा समर्थ है मेरे वीरियो। आओ खेड मैदान कहते मेहंदी म्यातियां कला पिंड का कबड्डी पा रहा है लै भी सोण 1000 रुपया होना तेरे एक जफे का पर मिठू चक देस राज पिंड का मेरे वीरियो इस वे जफा ला पाऊ कि नहीं ये समय की गल होनी लग्या पै जोर से पॉइंट जोड़ा है धावी के हिस्से जा जुड़ा है उधर पंडोरी वाला निकू भी कहते खेड मैदान महान कबड्डी खिडारी पुज गया मेरे वीरों वापसी की इस खेड कबड्डी के वल जोरदार ताड़ियां आप निकू पंडोरी के नाते आप ला दी है मेरे वीरों महान कबड्डी खिडारी साढ़े दरम्यान पुजा कमल बोतलों वाला पा रहा कबड्डी तो दूजे पासे कुलदीप नौजन करता होया कोशिश से पॉइंट जोड़ा धावी के हिस्से जा जुड़ा है। दश एन आर आई दशमेश कबड्डी क्लब नकोदर की टीम इंद्रजीत धुगे उन्होंने टुट ब्रदर की टीम है कहते राणा टुट जी तो सुरजीत सिंह जी टुट नाजर सिंह जी सोता पुजे हुए हैं। लाओ खेड मैदान आप वेखिए मेरे वीरियो आओ बच गई प्रेस हूँ जफा लगू के नहीं ये नौजन पवी सोता
ਡੱਫਰ ਪਿੰਡ ਦਾ ਪਵੀ ਇਸ ਵੇਲੇ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰ ਰਿਹਾ ਹੈ। ਚੱਠਾ ਸਾਹਿਬ ਕਹਿੰਦੇ 22 ਤੇ 23 ਮਾਰਚ ਤੱਕ ਜਿਹੜੇ ਰੈਗੂਲਰ ਜਿਹੜੇ ਇਸ ਫੈਡਰੇਸ਼ਨ ਦੇ ਕੱਪ ਖੇਡੇ ਜਾਣਗੇ। ਲਾਸਟ ਵਾਲਾ ਜਿਹੜਾ ਕੱਪ ਹੋਊਗਾ ਉਹ ਮਹੋਲਾ ਮਹੱਲਾ ਅਨੰਦਪੁਰ ਸਾਹਿਬ ਦੇ ਵਿੱਚ ਖੇਡਿਆ ਜਾਊਗਾ ਮੇਰੇ ਵੀਰੋ, ਖਾਲਸੇ ਦੀ ਜਨਮ ਭੂਮੀ ਦੇ ਵਿੱਚ। ਲਓ ਉਧਰ ਸਾਡਾ ਬਲਵੀਰ ਸਿੰਘ ਮੱਧੂ ਨਿਊਜ਼ੀਲੈਂਡ ਵਾਲਾ, ਉਹ ਵੀ ਆਨੰਦ ਮਾਣਦਾ ਗੋਪੇ ਬੈਂਸ ਹੋਣਾ ਦੇ ਨਾਲ ਬੈਠ ਕੇ ਅੱਜ ਦੇ ਇਸ ਮੇਲੇ ਦਾ। ਤੇ ਪ੍ਰੋਫੈਸਰ ਗੋਪਾਲ ਸਿੰਘ ਜੀ ਕਹਿੰਦੇ ਚੱਲਦਾ ਹੋਇਆ ਮੁਕਾਬਲਾ ਸਮਾਪਤ, ਚੱਲਦੇ ਹੋਏ ਮੈਚ ਵਿੱਚੋਂ ਕੌਣ ਜਿੱਤਿਆ ਜੀ ਇਹ ਸਾਡੇ ਵੀਰ ਦੱਸਣਗੇ। ਸਕੋਰ ਸਾਹਿਬ ਅਗਲੇ ਮੈਚ ਦੀਆਂ ਟੀਮਾਂ ਦੋਨੋਂ ਸੈਂਟਰ ਲਾਈਨ ਤੇ ਆ ਜਾਣ, ਫਾਈਨਲ ਸਕੋਰ ਤੁਹਾਡੇ ਨਾਲ ਸਾਂਝਾ ਕਰ ਰਹੇ ਹੈ। ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦੇ ਪੁਆਇੰਟ ਨੇ 28, ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦੇ ਪੁਆਇੰਟ ਨੇ 28 ਤੇ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕੇ ਦੀ ਟੀਮ ਦੇ ਪੁਆਇੰਟ ਨੇ ਜੀ 32.5। 28-32 ਦਾ ਸਕੋਰ ਰਿਹਾ ਹੈ ਤੇ ਇਸ ਮੈਚ ਦੇ ਵਿੱਚੋਂ ਜਿਹੜੀ ਟੀਮ ਜੇਤੂ ਰਹੀ ਹੈ ਉਹ ਟੀਮ ਮੇਰੇ ਵੀਰੋ ਜੇਤੂ ਰਹੀ। ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਦਾ ਮੈਚ, ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੇ ਨਾਲ ਤੇ ਹਰਵਿੰਦਰ ਮਹਿਮ ਸਾਡਾ ਵੀਰ ਇਸੇ ਨਗਰ ਦਾ ਮਾਈਕ ਤੇ ਆਵੇਗਾ। ਹਰਵਿੰਦਰ ਮਹਿਮ ਪਹਿਲਾ ਸੈਮੀਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਜਿਉ ਆਖਦੇ ਆ ਜਿੰਨੇ ਵੀ ਕਬੱਡੀ ਦੇ ਦੀਵਾਨੇ ਪੁੱਜੇ ਆ, ਜਿੰਨੇ ਵੀ ਕਬੱਡੀ ਦੇ ਪ੍ਰੇਮੀ ਪੁੱਜੇ ਆ, ਆਪਣੇ ਜ਼ਰੂਰੀ ਕੰਮਾਂ ਕਾਰਾਂ ਨੂੰ ਛੱਡ ਕੇ ਬਲਿਹਾਰੇ ਜਾਈਏ। ਪੰਜਾਬੀਓ ਆਪਣੇ ਮਾਂ ਖੇਡ ਨੂੰ ਇੰਨਾ ਪਿਆਰ ਕਰਦੇ ਹੋ, ਧੰਨਵਾਦ ਹੈ ਜਿਉ ਆਇਆਂ ਸਾਰੇ ਦਰਸ਼ਕ ਵੀਰਾਂ ਦਾ ਜਿਨ੍ਹਾਂ ਨੇ ਅੱਜ ਦੇ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਇਆ। ਪਹਿਲਾ ਸੈਮੀਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਡਾਕਟਰ ਸਾਹਿਬ ਜੀ ਜੋ ਸਨਮਾਨ ਹੈ ਕੁਝ ਜ਼ਰੂਰੀ ਉਹ ਸਨਮਾਨ ਕਰ ਲਏ ਜਾਣਾ ਜਦ ਤੱਕ ਮੈਚ ਸ਼ੁਰੂ ਨਹੀਂ ਹੁੰਦਾ। ਫਰਾਲੀ ਵਾਲੇ ਬਿੰਦੂ ਨੂੰ ਬੇਨਤੀ ਹੈ ਜਸਪਾਲ ਬਾਂਗਰ ਵਾਲੇ ਬਿੱਟੂ ਦੇ ਨਾਲ ਆ ਕੇ ਸੰਪਰਕ ਕਰੇ। ਫਰਾਲੇ ਵਾਲੇ ਸਟੇਜ ਵਾਲੇ ਪਾਸੇ ਸਾਡੇ ਕੋਲ ਬਹੁਤ ਹੀ ਸਨਮਾਨਯੋਗ ਸ਼ਖਸੀਅਤਾਂ ਵਿੱਚ ਸਰਦਾਰ ਬਲਕਾਰ ਸਿੰਘ ਜੀ, DSP ਨਕੋਦਰ, ਸਰ ਅਮਰਜੀਤ ਸਿੰਘ ਜੀ, SHO ਨੂਰਮਹਿਲ, ਸਰਦਾਰ ਕੇਵਲ ਸਿੰਘ ਜੀ, SHO ਬਿਲਗਾ, ਅਤੇ ਉਹਨਾਂ ਦੇ ਨਾਲ ਜਸਪਾਲ ਸਿੰਘ ਪਾਲਾ ਬੜੇ ਪਿੰਡ ਵਾਲਾ ਪਹੁੰਚੇ ਆ। ਅਸੀਂ BKS ਕਲੱਬ ਵੱਲੋਂ ਇਹਨਾਂ ਸਨਮਾਨਯੋਗ ਸ਼ਖਸੀਅਤਾਂ ਨੂੰ ਨਿੱਘੀ ਜੀਆਂ ਆਖਦੇ ਹਾਂ। ਇਹਨਾਂ ਨੇ ਆਪਣੇ ਬਹੁਤ ਹੀ ਰਜ਼ੇਵਿਆਂ ਭਰੇ ਸ਼ਡਿਊਲ ਵਿੱਚੋਂ ਸਮਾਂ ਕੱਢ ਕੇ ਸਾਡੇ ਕਲੱਬ ਨੂੰ ਨਵਾਜ਼ਿਆ, ਅਸੀਂ ਇਹਨਾਂ ਦਾ ਇੱਥੇ ਆਉਣ 'ਤੇ ਨਿੱਘਾ ਜੀਆਂ ਆਖਦੇ ਹਾਂ, ਧੰਨਵਾਦ ਕਰਦੇ ਹਾਂ, ਧੰਨਵਾਦ। ਬੇਨਤੀ ਹੈ ਪਲੇਅਰਾਂ ਤੋਂ ਬਿਨਾਂ ਜਿਨ੍ਹਾਂ ਨੇ ਨਹੀਂ ਕਬੱਡੀਆਂ ਪਾਉਣੀਆਂ ਵੀਰ ਜੀ ਬੈਠ ਜਾਓ, ਇੱਧਰ ਬਹੁਤ ਰਸ਼ ਪੈ ਗਿਆ। ਇੱਕ ਬੇਨਤੀ ਆ ਵੀਰ ਜੀ,
बैठ जाओ वीर, सिरे का मैच खेड मैदान खेडा जा रहा है। हरविंदर सिंह जिन्होंने नहीं कबड्डियां पाउणियां वीर जी बैठ जाओ, बहुत रश पै गया ग्राउंड। एन आर आई क्लब नकोदर ग्रेजेंट ग्रेवजेंट कबड्डी क्लब टोपाला बड़े पिंड वाला साबी संधु जुगे वाले ते सत्ता मठड्डा नाल सुखा चक्का वाला इन्होंने 1 लाख रुपये का जो प्राइज आ जां 1 लाख एन आर आई क्लब नकोदर देना आ। इन्हां वीर का भी बहुत बहुत धन्यवाद। मैं फिर एक बारी जिया आखदा साढ़े को सन्मानयोग शख्सियतों बलकार सिंह जी डी एस पी साहब नकोदर तो, एस एच ओ अमरजीत सिंह जी नूर महल थाने तो, केवल सिंह जी बिलगा थाने तो एस एच ओ साहब, तो उन्होंने नाल जसपाल सिंह पाला बड़े पिंड वाले वो साढ़े को पहुंचे आ। इन सारियां इत्थे पहुंचण ते निगाह जिया आ, धन्यवाद। सिरे का मैच इस वेले खेड मैदान के विच शुरू होने जा रहा है। दुआबा वारियर कबड्डी क्लब सुरखपुर की टीम मेरे खब्बे हाथ है, एन आर आई कबड्डी क्लब नकोदर की जी टीम है वो मेरे सज्जे हाथ है। साउंड ऑपरेटर को बेनती है वीर जी थोड़ा इको लाओ, थोड़ा जहा इको, बहुत बहुत धन्यवाद है सैमी साउंड सर्विस वाले वीर का। लाओ इस वेले खेड मैदान के पहली कबड्डी कबड्डी पैन जा रही है। पत्तरां वाला सलेडा नाम है इस नौजवान का। लाओ इस वेले सामले जे रंग का नौजवान खेड मैदान के कबड्डी पाउण वास्ते अगे वध चुके है, कहिंदे भी कबड्डी का प्रिंस आ। लाओ सामने खुशी परली साइड है दुग्गा वाला मेरे वीरो, तगड़ा मैच है इस टीम के। जो मेन स्पोंसर है टुट ब्रदरस, टुगे ब्रदरस, बासी ब्रदर बलवीर सिंह न्यूजीलैंड, बलिहार सिंह जी न्यूजीलैंड, नाजर सिंह जी सहोता, सत्ता मठड्डा पाला सहोता जो मेन स्पोंसर है एन आर आई कबड्डी क्लब नकोदर की टीम दे। लाओ बग्गियां दे दुल्ले की कबड्डी है, कहिंदे भी कबड्डी का मचदा अंग्यार है। सरदार रेशम सिंह का पुत्र मेरे पंजाबी वीरों कबड्डी पा रहा है, जे तो दुल्ले की खेड वधिया लगती है। लाओ इधरली साइड ताड़ी मार के दसो मेरे पंजाबी वीरो, यह है कबड्डी का मचदा अंग्यार है। सट लगी थी पर फिर सच्चे पातशाह वाहगुरु की अपार कृपा हुई है इस नौजवान से, बग्गियां दे दुल्ले ते फिर दोबारा ग्राउंडा का शिंगार बन गया है। मेन स्पोंसर ने एन आर आई क्लब नकोदर के टुट ब्रदर का रणजीत सिंह जी, टुट ब्रदर बहुत बहुत धन्यवाद है। उत्थे बासी ब्रदर हैलो हरविंदर सिंह जी, इधर मान सम्मान दिते जाने हैं। सरदार जसविंदर सिंह जी एस डी ओ बिजली बोर्ड, सरदार बूटा सिंह जे ई बिजली बोर्ड मैतपुर, तो श्री अशोक कुमार चोपड़ा जे ई बिजली बोर्ड मैतपुर। इन तिने शख्सियतों असी बेनती करते हैं कि स्टेज के सामने पासे आ जाए, उन्होंने मान सम्मान किए जाने। कुछ मान सम्मान किए जा रहे हैं। डॉक्टर साहब मैच भी सिरे का है, बस एक मिनट ही तुहाडा लेना है। सरदार जसविंदर सिंह जी एस डी ओ बिजली बोर्ड मैतपुर, सरदार बूटा सिंह जी जे ई बिजली बोर्ड मैतपुर, उन्होंने मान सम्मानित कर रहे हैं डी एस पी साहब, तो उन्होंने नाल साढ़े एन आर आई वीर गुरप्रीत ते मेजर सिंह न्यूजीलैंड वाले, उन्होंने नाल जसपाल सिंह पाला बड़े पिंड वाले, अशोक कुमार जी चोपड़ा जे ई बिजली बोर्ड मैतपुर, ते बूटा सिंह जे ई बिजली बोर्ड असी। एक जी इत्थे दर्शकों दस दईए कि बिजली बोर्ड जो साढ़े मैतपुर तो है, साढ़े पिंड नूं बड़ियां वधिया सेवावां दिंदे आ। जदों भी किते किसे तरह की भी जरूरत हुंदी आ साढ़े नाल हर तरह का सहयोग करदे आ। इन्हां नूं इत्थे पहुंचण ते और सन्मान करते बी के एस क्लब अपने आप नूं माण महसूस करदा आ, धन्यवाद। लो राय कोट के कबड्डी कप के 68 हज़ार का विजेता काले संघिया का ताजा इस वेले कबड्डी पा रहा है। इंदा दे मंगा कैनेडा टोरंटो वाले भी लाइव तक रहे हैं, उन्होंने भी धन्यवाद है। सो बहुत बहुत धन्यवाद जिन्हें भी लाइव तक रहे हैं सारे ही वीर का। लाओ
ਸ਼ੰਨੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਜਿਹਦਾ ਵਸਦਾ ਰਹੇ ਉਹ ਸੁਣਿਆ ਦੁਨੀਆ ਦਾ ਕਹਿੰਦੇ ਵੀ ਟੌਪ ਜਾਂ ਫਿਰ ਪ੍ਰਿੰਸ ਕਬੱਡੀ ਦਾ ਜਿਹਨੂੰ ਪ੍ਰਿੰਸ ਆਖਦੇ ਆ ਪਰਲੀ ਸਾਈਡ ਆ ਨਾਲ ਹੀ ਬਰਨ ਵਾਲੀ ਆ ਕੇਸ਼ੀ ਆ ਨਾਲ ਹੀ ਡੱਫੜ ਦੇ ਕਬੱਡੀ ਕੱਪ ਦਾ ਵਸਤ ਜਾਂ ਫਿਰ ਸਿੰਧੜਾ ਵਾਲਾ ਜਿੰਦਰ ਹੈ ਨਾਲ ਹੀ ਉੱਡਣਾ ਹੈ ਹਾਂਜੀ ਹਰਵਿੰਦਰ ਇਸ ਤੋਂ ਅਗਲੀਆਂ ਟੀਮਾਂ ਨੂੰ ਵੀ ਨਾਲੋ ਨਾਲ ਸੱਦੋ ਠੀਕ ਆ ਜੀ ਸ਼ਾਹਕੋਟ ਤੇ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕੇ ਦੀ ਟੀਮਾਂ ਨੂੰ ਬੇਨਤੀ ਹੈ ਲਾਗੇ ਆ ਜਾਣਾ ਇਸ ਤੋਂ ਅਗਲਾ ਜੋ ਦੂਜਾ ਸੈਮੀਫਾਈਨਲ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ ਲਓ ਕੇਸ਼ੀ ਬਰਨ ਵਾਲੀਆਂ ਮੇਰੇ ਪੰਜਾਬੀ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇਹ ਜੋ ਅੰਕ ਹੈ ਇਹ ਜੋ ਪੁਆਇੰਟ ਹੈ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਬਹੁਤ ਹੀ ਸ਼ਾਨਦਾਰ ਜੋ ਮੈਚ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਖੇਡਿਆ ਜਾ ਰਿਹਾ ਸਾਬੀ ਯੂਕੇ ਵਾਲੇ ਵੱਲੋਂ ਡਾਕਟਰ ਸਾਹਿਬ ਜੋ ਪੈਸੇ ਆ ਇੱਧਰੋਂ ਅਨਾਊਂਸ ਕਰ ਦਿਓ ਬੱਗਿਆਂ ਦੇ ਦੁੱਲੇ ਦੀ ਕਬੱਡੀ ਤੇ ਹੈ ਸੋ ਇੱਧਰੋਂ ਅਨਾਊਂਸ ਕਰ ਦਿਓ ਮੈਨੂੰ ਇਜਾਜ਼ਤ ਨਹੀਂ ਵੀ ਪੈਸੇ ਇੱਥੋਂ ਬੋਲ ਸਕਾ ਸੋ ਇੱਧਰਲੇ ਮੈਚ ਤੋਂ ਅਨਾਊਂਸ ਕਰ ਦਿਓ ਸਾਬੀ ਸੰਧੂ ਯੂਕੇ ਵਾਲਾ ਆਖਦਾ ਵੀ ਜੋ ਬੱਗਿਆਂ ਦੇ ਦੁੱਲੇ ਜਿੰਨੀਆਂ ਕਬੱਡੀਆਂ ਪਾਵੇਗਾ ਹਰ ਰੇਟ ਦਾ ਉੱਚੇ ਤੌਰ ਤੇ ਸਾਡੇ ਵੀਰ ਵੱਲੋਂ ਸਨਮਾਨ ਕੀਤਾ ਜਾਣਾ ਨਾਲ ਹੀ ਪ੍ਰਦੀਪ ਸਾਡਾ ਵੀਰ ਆ 365 ਵਾਲੇ ਵੀ ਕੈਮਰੇ ਫੋਕਸ ਕਰੀ ਬੈਠੇ ਆ ਚੱਲੋ ਸਲੇਡੇ ਆ ਪਾਓ ਸੋਹਣਿਆ ਕਬੱਡੀ ਲਓ ਹਰਵਿੰਦਰ ਸਿਆ ਨਾਜਰ ਸਿੰਘ ਸੋਤਾ ਵੱਲੋਂ ਮੰਗੀ ਬੱਗੇ ਪਿੰਡ ਵਾਲੇ ਅਤੇ ਖੁਸ਼ੀ ਦਿੜਬਾ ਨੂੰ ਜਿੰਨੇ ਜੱਫੇ ਲਾਉਣਗੇ 1000-1000 ਰੁਪਈਆ ਤੇ ਦੁੱਲੇ ਦੀਆਂ 3 ਕਬੱਡੀਆਂ ਤੇ ਜੇ ਉਹ ਕਬੱਡੀਆਂ ਲੈ ਕੇ ਆਉਂਦਾ ਤਾਂ ਨਾਲ ਹੀ 1000-1000 ਰੁਪਈਆ ਆ ਇਹ ਇੱਕ ਵਾਰੀ ਇੱਧਰੋਂ ਅਨਾਊਂਸ ਕਰ ਦੇਵੀ ਮੇਨ ਸਪਾਂਸਰ ਹੈ ਨਾਜਰ ਸਿੰਘ ਜੀ ਸਹੋਤਾ NRI ਕਬੱਡੀ ਕਲੱਬ ਨਕੋਦਰ ਤੇ ਉੱਥੇ ਜੇ ਗੱਲ ਕਰੀਏ ਸੱਤਾ ਮਠਾਡਾ ਪਾਲਾ ਸਹੋਤਾ ਰਣਜੀਤ ਸਿੰਘ ਜੀ ਟੁੱਟ ਬ੍ਰਦਰ ਦਾ ਜੋ ਮੇਨ ਸਪਾਂਸਰ ਹੈ ਇਸ ਟੀਮ ਦੇ ਦੁੱਗੇ ਬ੍ਰਦਰ ਦਾ ਬਾਸੀ ਬ੍ਰਦਰ ਆ ਬਲਵੀਰ ਸਿੰਘ ਨਿਊਜ਼ੀਲੈਂਡ ਪਲਿਹਾਰ ਨਿਊਜ਼ੀਲੈਂਡ ਸਾਡੇ ਵੀਰਾਂ ਦਾ ਧੰਨਵਾਦ ਹੈ ਸਾਰੇ ਹੀ ਮੇਨ ਸਪੌਂਸਰਾਂ ਦਾ ਜਿਨ੍ਹਾਂ ਨੇ ਕਹਿੰਦੇ ਵੀ ਟੌਪ ਦੀ ਟੀਮ ਬਣਾਈ ਆ ਲਓ ਕਬੱਡੀ ਦਾ ਮੱਚਦਾ ਅੰਗਿਆਰ ਬੱਗੇ ਪਿੰਡ ਦੇ ਦੁੱਲੇ ਦੀ ਕਬੱਡੀ ਆ ਲਓ ਉਧਰਲੀ ਸਾਈਡ ਯਾਦ ਸੁਰਖਪੁਰੀਆ ਜ਼ਿਆਦਾ ਚੁੱਪਾ ਲਾਉਣ ਦਾ ਪ੍ਰਯਾਸ ਕਰ ਰਿਹਾ ਪਰ ਪੁਆਇੰਟ ਆ NRI ਕਲੱਬ ਨਕੋਦਰ ਦੀ ਟੀਮ ਦੇ ਹਿੱਸੇ ਹੈ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਜਿਨ੍ਹਾਂ ਦੀ ਮਾਂ ਖੇਡ ਕਬੱਡੀ ਨੂੰ ਵੱਡੀ ਦੇਣ ਹੈ ਪਹਿਲੀ ਫੈਡਰੇਸ਼ਨ ਹੋਂਦ ਵਿੱਚ ਆਈ 1999 ਦੇ ਵਿੱਚ ਜਦੋਂ ਪਹਿਲੋ ਪਹਿਲ 50,000 ਦੇ ਕੱਪ ਹੋਏ ਤੇ ਇਸ ਖੇਡ ਦਾ ਮੁੱਲ ਪਾਇਆ ਬਹੁਤ ਬਹੁਤ ਧੰਨਵਾਦ ਹੈ ਜੋ ਪੂਰੀਆਂ ਸਿਰੇ ਦੀਆਂ ਟੀਮਾਂ ਲੈ ਕੇ ਪੁੱਜੇ ਆ ਹਾਂਜੀ ਡਾਕਟਰ ਸਾਹਿਬ ਸ੍ਰੀ ਨਵਦੀਪ ਸਿੰਘ ਜੀ ਨੀਤਾ ਉਹਨਾਂ ਨੇ ਸਾਡੇ ਕਲੱਬ ਨੂੰ 3100 ਰੁਪਏ ਦਾ ਯੋਗਦਾਨ ਭੇਜਿਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਅੱਗੇ ਲਈ ਹਰਵਿੰਦਰ ਜਿਹੜੀ ਟੀਮ ਆ ਉਹ ਵੀ ਸੈਮੀਫਾਈਨਲ ਮੁਕਾਬਲਾ ਉਹ ਦੋਨੋਂ ਸੈਮੀਫਾਈਨਲ ਮੁਕਾਬਲੇ ਜਦੋਂ ਖਤਮ ਹੋ ਜਾਂਦੇ ਤਾਂ ਉਹਦੇ ਦਰਮਿਆਨ ਇੱਕ ਜੋ ਪਿੰਡ ਦਾ ਪੱਧਰ ਦਾ ਕਬੱਡੀ ਦਾ ਮੁਕਾਬਲਾ ਆ ਉਹ ਫਾਈਨਲ ਮੁਕਾਬਲਾ ਕਰਾਇਆ ਜਾਣਾ ਉਹਨਾਂ ਦੋਨਾਂ ਟੀਮਾਂ ਨੂੰ ਵੀ ਕਾਲ ਕਰਦੀ ਬੱਗਾ ਪਿੰਡ ਅਤੇ ਆਲੋਵਾਲ ਮੇਰਾ ਖਿਆਲ ਇਹ ਦੋਨੋਂ ਟੀਮਾਂ ਆ ਬੱਗਾ ਪਿੰਡ ਅਤੇ ਆਲੋਵਾਲ ਕਬੱਡੀ ਆਲ ਓਪਨ ਦੇ ਇਹਦੇ ਵਿੱਚ ਬੈਸਟ ਰੇਡਰ ਅਤੇ ਬੈਸਟ ਸਟੋਪਰ ਨੂੰ ਮੋਟਰਸਾਈਕਲ ਵੀ ਦਿੱਤੇ ਜਾਣੇ ਆ ਉਹ ਵੀ ਜਿਹਨਾਂ ਦੀਆਂ ਅਫੀਸ਼ੀਅਲ ਡਿਊਟੀਆਂ ਉੱਥੇ ਲੱਗਣੀਆਂ ਆ ਉਹ ਵੀ ਤਿਆਰ ਬਰ ਤਿਆਰ ਰਹਿਣ ਮਿਹਰਬਾਨੀ ਦੂਜੇ ਸੈਮੀਫਾਈਨਲ ਵਾਸਤੇ ਟੀਮਾਂ ਨੂੰ ਬੇਨਤੀ ਹੈ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਕਲਾਂ ਅਤੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀਆਂ ਟੀਮਾਂ ਨੂੰ ਬੇਨਤੀ ਹੈ ਤਿਆਰ ਹੋ ਕੇ ਖੇਡ ਮੈਦਾਨ ਦੇ ਲਾਗੇ ਆ ਜਾਣ ਲਓ ਮਹਿਮਦਵਾਲ ਸੰਦੀਪ ਦਾ ਪੇਂਡੂ ਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜੋਤੇ ਦੀ ਪਾਈ ਹੋਈ ਕਬੱਡੀ ਆ ਕਹਿੰਦੇ ਵੀ ਸਿਰੇ ਦੀ ਜਾਫ ਲੈਣਾ ਦੁੱਗਾਂ ਵਾਲਾ ਖੁਸ਼ੀ ਕਬੱਡੀ ਦਾ ਪ੍ਰਿੰਸ ਹੈ ਨਾਲ ਹੀ ਮੈਂ ਵੇਖਦਾ ਵੀ ਕੇਸ਼ੀ ਬਰਨ ਵਾਲੀ ਆ ਉੱਡਣਾ ਕਾਲੇ ਸੰਘਿਆਂ ਦਾ ਸਿੰਧਣਾ ਦਾ ਜੰਦਰ ਮੇਰੇ ਵੀਰੋ ਲਓ ਇਧਰਲੀ ਸਾਈਡ ਆ ਇਹ ਜੋ ਅੰਕ ਹੈ ਕੇਸ਼ੀ ਬਰਨ ਵਾਲੀ ਆ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇੱਕ ਹੋਰ ਅੰਕ ਦਾ ਵਾਧਾ ਕਰਦਾ ਹੋਇਆ ਪਹਿਲੀ ਵਾਟਰ ਬ੍ਰੇਕ ਆ ਨਾਲ ਹੀ ਅਗਲੀਆਂ ਟੀਮਾਂ ਨੂੰ ਵੀ ਬੇਨਤੀ ਆ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀਆਂ ਟੀਮਾਂ ਨੂੰ ਬੇਨਤੀ ਆ ਮਾਂ ਖੇਡ ਕਬੱਡੀ ਅੱਜ ਕਰੋੜਾਂ ਦੀ ਖੇਡ ਬਣ ਗਈ ਹੈ ਕਿਸੇ ਸਮੇਂ ਥਰਮੋਸ਼ ਬੋਤਲਾਂ ਜੱਗ ਮਿਲਦੇ ਸੀ ਅੱਜ ਮੋਟਰਸਾਈਕਲ ਮਿਲਦੇ ਆ ਅੱਜ ਕਾਰਾਂ ਮਿਲਦੀਆਂ ਦੋ ਮੋਟਰਸਾਈਕਲ ਦਿੱਤੇ ਜਾਣੇ ਆ ਪਿੰਡ ਪੱਧਰ ਤੇ ਜੋ ਕਬੱਡੀ ਦਾ ਫਾਈਨਲ ਮੈਚ ਹੋਣਾ ਹੈ ਰਵਿੰਦਰ ਸਿੰਘ ਅੱਜ ਜਦੋਂ ਸੈਮੀਫਾਈਨਲ ਮੁਕਾਬਲੇ ਦੋਨੇ ਹੋ ਜਾਂਦੇ ਆ ਉਹਦੇ ਤੋਂ ਬਾਅਦ ਕਬੱਡੀ ਆਲ ਓਪਨ ਦਾ ਜੋ ਫਾਈਨਲ ਮੁਕਾਬਲਾ ਹੋਣਾ ਆ ਉਹਦੇ ਵਾਸਤੇ ਵੀ ਬੱਗਾ ਪਿੰਡ ਅਤੇ ਆਲੋਵਾਲ ਨੂੰ ਕਾਲ ਕਰਦੇ ਕਿ ਇਹ ਤੋਂ ਅਗਲੇ ਮੈਚ ਤੋਂ ਬਾਅਦ ਉਹਨਾਂ ਦਾ ਮੈਚ ਹੋਣਾ ਉਹ ਵੀ ਤਿਆਰ ਹੋ ਕੇ ਗਰਾਊਂਡ ਵਿੱਚ ਆ ਜਾਣ ਤਾਂ ਕਿ ਆਪਾਂ ਸਮੇਂ ਸਿਰ ਇਹਨੂੰ ਟੂਰਨਾਮੈਂਟ ਨੂੰ ਸਿਖਰਾਂ ਵੱਲ ਲਿਜਾ ਸਕੀਏ ਐਨ ਕਹਿੰਦੇ ਵੀ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਹਰ ਜੱਫੇ ਦਾ ਨਾਜਰ ਸਿੰਘ ਜੀ ਸਹੋਤਾ ਵੱਲੋਂ ਜੋ ਮੇਨ ਸਪੌਂਸਰ ਹੈ ਜਿਨ੍ਹਾਂ ਨੇ ਕਹਿੰਦੇ ਵੀ ਫ੍ਰਿਜ਼ਰੋਂ ਵਾਲੇ ਦੁੱਲੇ ਨੂੰ
ਕਹਿੰਦੇ ਵੀ ਟਰਾਲੀਆਂ ਨਾਲ ਸਨਮਾਨਿਤ ਕੀਤਾ ਲਓ ਹਜ਼ਾਰ ਰੁਪਈਆ ਹਰ ਜੱਫੇ ਦਾ ਮੰਗੀ ਵਾਸਤੇ ਤੇ ਖੁਸ਼ੀ ਵਾਸਤੇ ਨਾਚ ਸਿੰਘ ਦੀ ਸਹੂਲਤਾਂ ਵੱਲ ਹੋਵੇਗਾ ਹਰ ਜੱਫੇ ਦਾ ਮੰਗੀ ਤੇ ਖੁਸ਼ੀ ਦੇ ਵਾਸਤੇ ਹਰ ਜੱਫੇ ਦਾ ਹਜ਼ਾਰ ਰੁਪਈਆ ਲਓ ਇਧਰਲੀ ਸਾਈਡ ਖੇਡ ਮੈਦਾਨ ਦੇ ਵਿੱਚ ਚੱਲੋ ਸਲੇਡੇ ਆ ਪਾਓ ਕਬੱਡੀ ਸਾਂਵਲਾ ਰੰਗ ਹੈ ਪਰ ਖੇਡ ਬੜੇ ਕਮਾਲ ਦੀ ਆ ਮੁੰਡੇ ਦੀ ਕਿ ਸਾਰੀਆਂ ਇਹ ਖੇਡਾਂ ਵਿੱਚੋਂ ਖੇਡ ਇਹ ਤੂਫਾਨੀ ਹੈ ਖਾੜੇ ਵਿੱਚ ਬੁੱਕਦੀ ਅੱਥਰੀ ਜਵਾਨੀ ਹੈ ਪਹਿਲੇ ਸਮਿਆਂ 'ਚ ਮੁੱਲ ਪਏ ਨਾ ਦਲੇਰਾਂ ਦੇ ਅੱਜ ਬਾਹਰ ਤੇ ਬੁਲਟ ਲੋਕੀ ਟੌਪ ਦੇ ਪਲੇਰਾਂ ਤੇ ਵਿਹਲੇ ਬਹਿ ਕੇ ਯਾਰੋ ਕਦੇ ਸਮਾਂ ਨਹੀਂ ਗਵਾਈਦਾ ਹੁਣ ਮੁੱਲ ਪੈਂਦਾ ਇਕੱਲੀ ਇਕੱਲੀ ਰੇਡ ਪਾਈਦਾ ਹੁਣ ਮੁੱਲ ਪੈਂਦਾ ਇਕੱਲੀ ਇਕੱਲੀ ਰੇਡ ਪਾਈਦਾ ਲਓ ਉਧਰਲੀ ਸਾਈਡ ਵਾ ਉੱਡਣੇ ਆ ਜੇ ਤਾਂ ਉੱਡਣੇ ਦੀ ਖੇਡ ਵਧੀਆ ਲੱਗਦੀ ਤਾੜੀ ਮਾਰ ਕੇ ਦੱਸੋ ਚੜ੍ਹਦੀ ਵਰੇਸ ਦਾ ਨੌਜਵਾਨ ਹੈ ਲਓ ਉੱਡਣਾ ਇਸ ਵੇਲੇ ਕਾਲੀ ਸੰਘਿਆਂ ਦਾ ਇੱਕ ਹੋਰ ਅੰਕ ਦਾ ਵਾਧਾ ਕਰਦਾ ਹੋਇਆ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੇ ਵਾਸਤੇ ਨਾਜਰ ਸਿੰਘ ਜੀ ਸਹੋਤਾ ਸਾਹਿਬ ਹਰ ਜੱਫੇ ਦਾ ਖੁਸ਼ੀ ਤੇ ਮੰਗੀ ਦੇ ਵਾਸਤੇ ਕਹਿੰਦੇ ਵੀ ਹਜ਼ਾਰ ਰੁਪਈਆ ਹੋਵੇਗਾ ਉੱਥੇ ਰਣਜੀਤ ਸਿੰਘ ਜੀ ਟੁੱਟ ਬ੍ਰਦਰ ਧੰਨਵਾਦ ਹੈ ਮੇਨ ਸਪੋਂਸਰ ਨੇ ਨਾਲ ਹੀ ਬਾਕਸੀ ਬ੍ਰਦਰ ਬਲਵੀਰ ਸਿੰਘ ਨਿਊਜ਼ੀਲੈਂਡ ਬਲਿਹਾਰ ਸਿੰਘ ਨਿਊਜ਼ੀਲੈਂਡ ਸੱਤਾ ਮਠੱਡਾ ਪਾਲਾ ਸਹੋਤਾ ਨਾਜਰ ਸਿੰਘ ਜੀ ਸਹੋਤਾ ਜੋ ਚੇਚੇ ਤੌਰ ਤੇ ਪੁੱਜੇ ਆ ਜੋ ਮੇਨ ਸਪੋਂਸਰ ਹੈ ਲਓ ਗੁੱਗੂ ਬਲੇਰ ਖਾਨਪੁਰੀ ਅਗਲੀ ਕਬੱਡੀ ਚੱਲੋ ਗੁੱਗੂ ਸੇ ਹੈ ਭਾਓ ਸੋਹਣਿਆ ਕਬੱਡੀ ਗੁੱਟ ਫੜ ਫੜ ਕੈਂਚੀਆਂ ਜੋ ਛੱਡੀ ਜਾਂਦੇ ਆ ਕੰਡੇ ਡਾਲਰਾਂ ਵਾਲੇ ਵੀ ਉਹ ਹੀ ਕੱਢੀ ਜਾਂਦੇ ਆ ਮਾਂ ਨੇ ਖਵਾਈਆਂ ਦੇਸੀ ਘਿਓ ਦੀਆਂ ਚੂਰੀਆਂ ਸ਼ੌਂਕਾਂ ਨਾਲ ਬਾਪੂ ਨੇ ਚਗਾਈਆਂ ਮੱਝਾਂ ਪੂਰੀਆਂ ਕੋਚ ਕਹਿੰਦਾ ਪਿੱਠ ਦੇ ਕੇ ਲੱਕ ਨਹੀਂ ਫੜਾਈਦਾ ਹੁਣ ਮੁੱਲ ਪੈਂਦਾ ਇਕੱਲੀ ਇਕੱਲੀ ਰੇਡ ਪਾਈਦਾ ਵਾ ਉੱਡਣੇ ਆ ਲਓ ਦੂਜਾ ਜੱਫਾ ਹੈ ਮੇਰੇ ਪੰਜਾਬੀ ਵੀਰੋ ਇਸ ਨੌਜਵਾਨ ਦਾ ਲਓ ਦੇਖੋ ਇਧਰਲੀ ਸਾਈਡ ਖੇਡ ਮੈਦਾਨ ਵਿੱਚ ਐਨ ਕਹਿੰਦੇ ਵੀ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਮਾਰੋ ਤਾੜੀਆਂ ਖਿੱਚ ਕੇ ਇੱਕ ਵਾਰੀ ਉੱਡਣੇ ਦੇ ਵਾਸਤੇ ਦੋ ਜੱਫੇ ਆ ਉੱਡਣੇ ਦੇ ਵਾ ਉੱਡਣੇ ਆ ਐਨ ਕਹਿੰਦੇ ਵੀ ਸਵਾਦ ਕਰਤਾ ਇਹ ਨੌਜਵਾਨ ਨੇ ਲੈ ਵੀ ਹਰਵਿੰਦਰ ਸਾਬੀ ਯੂਕੇ ਵੱਲੋਂ ਪਾਲਾ ਯੂਕੇ ਸੱਤਾ ਮਠੱਡਾ ਸੁੱਕਾ ਚੱਕ ਵਾਲਿਆਂ ਵੱਲੋਂ ਦੁੱਲੇ ਦੀ ਪਹਿਲੀ ਕਬੱਡੀ ਤੇ 3100 ਰੁਪਈਆ ਪਹਿਲੀਆਂ ਤਿੰਨ ਕਬੱਡੀਆਂ ਤੇ 3100 ਰੁਪਈਆ ਲੱਗ ਗਿਆ ਜੀ ਅਨਾਊਂਸ ਕਰ ਦਈਓ ਦੁੱਲੇ ਦੀਆਂ ਪਹਿਲੀਆਂ ਤਿੰਨ ਕਬੱਡੀਆਂ ਤੇ 3100 ਰੁਪਈਆ ਲਾਤਾ ਹੈ ਜੀ ਇੱਕ ਕਬੱਡੀ ਆ ਗਈ ਆ ਜੀ ਦੋ ਕਬੱਡੀਆਂ ਬਾਕੀ ਆ ਇੱਕ ਕਬੱਡੀ ਆ ਗਈ ਤੇ ਦੋ ਕਬੱਡੀਆਂ ਬਾਕੀ ਆ ਹਾਂਜੀ ਦੂਜੀ ਕਬੱਡੀ ਤੇ 4100 ਰੁਪਈਆ ਹਰਦੇ ਸਾਬੀ ਯੂਕੇ ਵੱਲੋਂ ਪਾਲਾ ਯੂਕੇ ਸੱਤਾ ਮਠੱਡਾ ਤੇ ਸੁੱਖਾ ਚੱਕ ਵਾਲਿਆਂ ਵੱਲੋਂ ਦੁੱਲੇ ਦੀ ਦੂਜੀ ਕਬੱਡੀ ਤੇ 4100 ਰੁਪਈਆ ਆਇਆ ਜੀ ਇੱਕ ਕਬੱਡੀ 3100 ਵਾਲੀ ਆ ਗਈ ਆ ਤੇ ਦੂਜੀ ਕਬੱਡੀ ਤੇ 4100 ਹਰਵਿੰਦਰ ਜੀ ਵਾਹ ਧੰਨਵਾਦ ਹੈ ਸਾਡੇ ਸਾਬੀ ਯੂਕੇ ਵਾਲੇ ਵੀਰ ਦਾ ਕਿ ਖਾੜੇ ਵਿੱਚ ਨਾ ਬੋਲਦਾ ਤਕੜੇ ਮੱਲਾਂ ਦਾ ਬੇਰ ਬੇਰ ਕੇ ਰੇਡਾਂ ਪਾਉਂਦਾ ਦੀਪਾ ਬੱਲਾਂ ਦਾ ਬਈ ਬੇਰ ਬੇਰ ਕੇ ਰੇਡਾਂ ਪਾਉਂਦਾ ਦੀਪਾ ਬੱਲਾਂ ਦਾ ਬਾਬੇ ਸੂਬਾ ਸਿੰਘ ਦਾ ਪੋਤਰਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੱਲਾਂ ਵਾਲਾ ਦੀਪਾ ਕਬੱਡੀ ਪਾ ਰਿਹਾ ਐਨ ਸਿਰੇ ਦੀ ਜਾਫ ਲੈਨ ਹੈ ਜਹਾਜ਼ ਪਰਲੀ ਸਾਈਡ ਹੈ ਲਓ ਐਨ ਕਹਿੰਦੇ ਵੀ ਸਿਰੇ ਦੀ ਜਾਫ ਲੈਨ ਇਸ ਵੇਲੇ ਵਿਚਕਾਰ ਦੋ ਨੰਬਰ ਤੇ ਛੋਟਾ ਵੀਰਾ ਯੋਧਾ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਵਾਣ ਵਾਲੇ ਗੋਪੀ ਨੇ ਪ੍ਰਯਾਸ ਕੀਤਾ ਸੀ ਪਰ ਪੁਆਇੰਟ ਆ ਦੀਪੇ ਦੇ ਹਿੱਸੇ ਜੁੜ ਗਏ ਹੈ ਚੱਲ ਉਸ ਲੇਡੇ ਹੈ ਭਾਓ ਸੋਹਣਿਆ ਕਬੱਡੀ ਜੇ ਤਾਂ ਮਹਿਮਾ ਦੇ ਕਬੱਡੀ ਕੱਪ ਦਾ ਸਵਾਦ ਆ ਰਿਹਾ ਤਾਂ ਤਾੜੀ ਮਾਰ ਕੇ ਦੱਸੋ ਜੇ ਗੱਲ ਨਹੀਂ ਬਣਦੀ ਹਰਵਿੰਦਰ ਸਿੰਘ ਦੁੱਲੇ ਦੀਆਂ ਆ ਜਿਹੜੀ ਹੁਣ ਕਬੱਡੀ ਆਉਣੀ ਆ ਤਿੰਨ ਕਬੱਡੀਆਂ ਤੇ 4100 ਰੁਪਈਆ ਆਇਆ ਜੀ ਇੱਕ ਪੈ ਗਈ ਆ ਦੋ ਰਹਿੰਦੀਆਂ ਆ 4100 ਰੁਪਈਆ ਆ ਠੀਕ ਆ ਜੀ ਲਓ ਤਾਜੇ ਦੀ ਕਬੱਡੀ ਆ ਕਹਿੰਦੇ ਵੀ ਰਾਏਕੋਟ ਦੇ ਕਬੱਡੀ ਕੱਪ ਦੇ 59-11 ਦਾ ਵਿਜੇਤਾ ਲਓ ਇਸ ਵੇਲੇ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਇਸ ਵੇਲੇ ਬਲਵੀਰ ਸਿੰਘ ਨਿਊਜ਼ੀਲੈਂਡ ਵਾਲਿਆਂ ਦਾ ਭਾਣਜਾ ਕਬੱਡੀ ਪਾ ਰਿਹਾ ਬਲਵੀਰ ਸਿੰਘ ਨਿਊਜ਼ੀਲੈਂਡ ਵਾਲਿਆਂ ਦਾ ਭਾਣਜਾ ਜੋ ਸਪੌਂਸਰ ਹੈ ਨਾਜਰ ਸਿੰਘ ਜੀ ਸੋਤਾ ਸਾਹਿਬ ਉਚੇਚੇ ਤੌਰ ਤੇ ਪੁੱਜੇ ਹੋਏ ਆ ਰਣਜੀਤ ਸਿੰਘ ਟੁੱਟ ਬ੍ਰਦਰ ਉਹਨਾਂ ਦਾ ਵੀ ਧੰਨਵਾਦ ਹੈ ਨਾਲੇ ਤੁੱਗੇ ਬ੍ਰਦਰ ਉਹਨਾਂ ਦਾ ਵੀ ਧੰਨਵਾਦ ਹੈ ਨਾਲੇ ਬਿਹਾਰ ਸਿੰਘ ਵਰਗੇ ਸਾਰੇ ਵੀਰਾਂ ਦਾ ਧੰਨਵਾਦ ਹੈ ਲਓ ਇਧਰਲੀ ਸਾਈਡ ਤਾਜੇ ਕਾਲੇ ਸੰਘਿਆਂ ਦੀ ਕਬੱਡੀ ਹੈ ਐਨ ਕਹਿੰਦੇ ਵੀ ਯੋਧਾ ਇਸ ਵੇਲੇ ਡੱਕਣ ਦਾ ਪ੍ਰਯਾਸ ਕਰ ਰਿਹਾ ਇਹ ਸਮਾਂ ਦੱਸੇਗਾ ਵੀ ਪੁਆਇੰਟ ਆ ਉਹ ਆਓ ਜਵਾਨਾ ਲਓ ਸਮਾਂ ਦੱਸੇਗਾ ਵੀ ਪੁਆਇੰਟ ਹੁਣ ਮਾਰੋ ਤਾੜੀਆਂ ਯੋਧੇ ਦੇ ਵਾਸਤੇ ਆ ਯੋਧਾ ਇੱਕ ਹੋਰ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਵਾਸਤੇ ਕਿ ਕਬੱਡੀ ਖੇਡ ਪੰਜਾਬੀਆਂ ਦੀ ਜਿਸ ਦੀ ਦੁਨੀਆ ਤੇ ਸਰਦਾਰੀ ਜੂਝ ਦੇ ਵਿੱਚ ਮੈਦਾਨਾਂ ਦੇ ਖੜ ਖੜ ਦੇਖੇ ਦੁਨੀਆ ਸਾਰੀ ਜੁੱਸਿਆਂ ਦੀ ਦਹਿਸ਼ਤ ਹੈ ਜਿਵੇਂ ਤੀਰ ਹੈ ਵਿੱਚ ਕਮਾਨੇ ਮੁੰਡੇ ਗੱਭਰੂ ਚੋਟੀ ਦੇ ਬੁੱਕ ਦੇ ਫਿਰਦੇ ਵਿੱਚ ਮੈਦਾਨੇ ਕਹਿੰਦੇ ਵੀ ਚੋਟੀ ਦੇ ਇਸ ਵੇਲੇ ਪਲੇਅਰ ਪੁੱਜੇ ਹੋਏ ਆ ਮਹਿਮਾਂ ਦੇ ਕਬੱਡੀ ਕੱਪ ਦੇ ਗੁੱਗੂ ਬਲੇਰ ਖਾਨਪੁਰੀਆ ਇਸ ਵੇਲੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਦੁਆਬਾ ਵਾਰੀਅਰ ਕਬੱਡੀ ਕਲੱਬ ਆ
सुरखपुर की टीम के हिस्से जुड़ता हुआ। लो अगली कबड्डी इस वेले हरविंदर सिंह 4 मार्च दिया तरीका लित्रा के टूरनामेंट दिया नॉर्थ कबड्डी फैडरेशन का उत्थे भी कबड्डी कप होना आ दस दे खिडारियों ते दर्शकों नूं चट्टा साहब वल्लों ये भी इनफॉर्मेशन दिती गई आ पिंदा लित्रा वाला पुजा होया पिंदे वीर नूं जीओ आखदे नाल सब ही साडा वीर लित्रा वाला पुजा है। 4 मार्च दियां तरीकां लित्रा दे कबड्डी कप दियां तरीकां है। सो जिथे कैन हीर होनी बड़ा कबड्डी कप करवाउंदे आ पिंदे होणा दा धन्नवाद है। लो इधरली साइड खेड मैदान दे विच लो अगली कबड्डी चलो जोते है भाओ सोहणिया कबड्डी लो हमला कर दिता है ऐन कहिंदे वी खुशी दे उपर हमला इस वेले जिंदर दे उपर तावा बोलिया होया है नाल ही केशी परड़वालिया मेरे पंजाबी वीरो वाओ जवाना ये आ केशी परड़वालिया अंक अपनी टीम के हिस्से जोड़ता होया है। लाओ दुल्ले की कबड्डी है दूजी कबड्डी है डॉक्टर साहब नोट कर लियो हाँ जी दूजी कबड्डी है जी 4100 दियां तीन कबड्डियां तीन कबड्डियां 4100 दियां जी सभी वालों सत्ता मठाडे वालों वीर न्यूजीलैंड साढ़े वीर वालों है। लाओ रेशम सिंह का पुत्र कबड्डी पा रहा है लाओ योदा इस वेले वाओ शेरा खेड मैदान में लो कबड्डी 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 वाह वे वाह क्या बात है स्वाद करता है मुंडे ने रखी जरा लेखा जोखा दो कबड्डियां हो गई हरविंदर सिंह कबड्डी का कहते मचदा अग्यार है बगे पिंड वाला दुला अंक प्राप्त करता हुए अपनी टीम के हिस्से के वास्ते के गुरु अत लगते ने लाओ इधरली साइड अत जा कबड्डी मैदान के सलेडा अंक प्राप्त करता हुआ अपनी टीम के हिस्से के वास्ते सलेडा पत्तड़िया वाले ने पॉइंट जोड़ लिया चलो दीपिया भाओ सोने कबड्डी गभरू वत्त लगते ने जदों भा कढ के रेडा पाते कई जाफी जालम ने यारो उड़ उड़ के जफे लाते पिंडे लिशक मारते ने लाए चिम्मा नाल जराने बे मुंडे गभरू चोटी दे बुक दे फिरते विच मैदाने दीपा बल्ला वाला बेर बेर के रेडा पाँदा दीपा बल्ला दा लाओ सामने याद है यादा इस वेले वाओ सुने वाओ याद है खिच के मारो तारी जो स्वाद आ रहा इस जफे का जो जादे की खेड वधिया लगते हैं। सभी यूके पाला यूके सत्ता मठडा से सुखा चक वाले वालों वो कहते जे तीजी रेड भी दुला लै आ 5000 रुपये का हकदार बन जाता है जी 5000 रुपया साढ़े को पहुंच गया जे तीजी रेड भी ले आता तो 5000 रुपया ले जाएगा ठीक है जी। लो इत पहली वाटर ब्रेक है तो नाल ही अगलिया टीमों बेनती है भाई साधु कबड्डी क्लब भाई साधु कबड्डी क्लब सज्जे पासे बाबा सुखचैन दास कबड्डी क्लब सज्जे पासे कुछ कबीर खड़ गए जो स्टेज पर साढ़े को शख्सियत बैठिया उन्होंने देखने में दिक्कत आ रही है मुरे टीवी वाले भी उत्थे कवर कर रहे हैं उत्थे वीडियो वाले कवर कर रहे हैं सारे नूं दिक्कत आ रही है प्लीज वो एक पासे हो जाने इत्थे ना खड़ोन भाई साधु कबड्डी क्लब रुड़का ते बाबा सुखचैन दास कबड्डी क्लब शाहकोट दीआं टीमां नूं बेनती है हाफ समा हो चुकी है पॉइंट इस तरह वीर जी इहदे विच दुआबा वारीअर कबड्डी क्लब सुरखपुर दे 11 पॉइंट है एनआरआई कबड्डी क्लब नकोदर दे 17.5 पॉइंट है सुरखपुर के 11 ते नकोदर के 17.5 हाफ समय का लेखा जोखा है। लो इस वेले हाफ समय तो बाद दूजी रेड